ਹਿੰਦੀ ਪੰਜਾਬੀ ਦੇ ਲੜੀਵਾਰ ਵਿਗਿਆਨ ਆਧਾਰਿਤ ਕਿਰਿਆਵਾਂ ਦੇ ਬੁਲੇਟਿਨ ਦੇ ਵਿੱਚ ਮੈਂ ਰਾਜੀਵ ਸ਼ਰਮਾ ਤੁਹਾਡਾ ਵਿਗਿਆਨ ਅਧਿਆਪਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ। ਅੱਜ ਦਾ ਬੁਲੇਟਿਨ ਆਧਾਰਿਤ ਹੈ ਚੁੰਬਕਾਂ ਦੇ ਨਾਲ ਮਨੋਰੰਜਨ 'ਤੇ ਅਤੇ ਕਿਰਿਆ ਦਾ ਨਾਮ ਹੈ ਚੁੰਬਕ ਦੇ ਪ੍ਰਭਾਵ ਕਾਰਨ ਹਵਾ ਵਿੱਚ ਲਟਕਿਆ ਪੇਪਰ ਕਲਿੱਪ। ਪਿਆਰੇ ਵਿਦਿਆਰਥੀਓ, ਕਿਰਿਆ ਤੋਂ ਬਾਅਦ ਚੁੰਬਕ ਦੇ ਗੁਣਾਂ ਨੂੰ ਤੁਸੀਂ ਹੋਰ ਚੰਗੀ ਤਰ੍ਹਾਂ ਦੱਸ ਪਾਓਗੇ ਅਤੇ ਕਿਰਿਆ ਉਪਰੰਤ ਤੁਹਾਡੇ ਤੋਂ ਪ੍ਰਸ਼ਨ ਵੀ ਪੁੱਛੇ ਜਾਂਦੇ ਹਨ ਅਤੇ ਮੈਂ ਉਮੀਦ ਕਰਾਂਗਾ ਕਿ ਉਹਨਾਂ ਦੇ ਉੱਤਰ ਤੁਸੀਂ ਦੇ ਸਕੋਗੇ। ਇਸ ਲਈ ਕਿਰਿਆ ਨੂੰ ਬਹੁਤ ਚੰਗੀ ਤਰੀਕੇ ਦੇ ਨਾਲ ਅਤੇ ਧਿਆਨਪੂਰਵਕ ਸਮਝਣਾ ਹੈ। ਕਿਰਿਆ ਕਰਨ ਦੇ ਲਈ ਲੋੜੀਂਦਾ ਸਮਾਨ ਹੈ ਕਾਗਜ਼ ਜਾਂ ਪਲਾਸਟਿਕ ਦਾ ਗਿਲਾਸ। ਧਾਗਾ ਛੜ ਚੁੰਬਕ ਸਟੈਂਡ ਪੇਪਰ ਕਲਿੱਪ। ਆਓ ਹੁਣ ਕਿਰਿਆ ਆਰੰਭ ਕਰਦੇ ਹਾਂ। ਅਸੀਂ ਇੱਕ ਕਾਗਜ਼ ਦਾ ਪਿਆਲਾ ਲਿਆ ਹੈ। ਅਸੀਂ ਇਸ ਨੂੰ ਸਟੈਂਡ ਦੇ ਨਾਲ ਟੰਗਾਂਗੇ। ਹੁਣ ਪਿਆਲੇ ਦੇ ਅੰਦਰ ਅਸੀਂ ਇੱਕ ਚੁੰਬਕ ਰੱਖ ਦੇਣਾ ਹੈ। ਆਓ ਇਸ ਪਿਆਲੇ ਨੂੰ ਇੱਕ ਕਾਗਜ਼ ਨਾਲ ਢੱਕ ਦਈਏ ਤਾਂ ਜੋ ਕਿਸੇ ਨੂੰ ਦਿਖਾਈ ਨਾ ਦੇਵੇ। ਹੁਣ ਇੱਕ ਲੋਹੇ ਦੇ ਬਣੇ ਕਲਿੱਪ ਨੂੰ ਧਾਗੇ ਨਾਲ ਬੰਨਦੇ ਹਾਂ ਅਤੇ ਧਾਗੇ ਦੇ ਦੂਸਰੇ ਸਿਰੇ ਨੂੰ ਸਟੈਂਡ ਦੇ ਆਧਾਰ ਦੇ ਨਾਲ ਬੰਨ ਦਿੰਦੇ ਹਾਂ। ਕਲਿੱਪ ਨੂੰ ਪਿਆਲੇ ਦੇ ਆਧਾਰ ਦੇ ਨੇੜੇ ਲੈ ਕੇ ਜਾਂਦੇ ਹਾਂ। ਕਲਿੱਪ ਬਿਨਾਂ ਕਿਸੇ ਸਹਾਰੇ ਦੇ ਇੱਕ ਪਤੰਗ ਦੀ ਤਰ੍ਹਾਂ ਹਵਾ ਵਿੱਚ ਠਹਿਰ ਗਿਆ ਹੈ। ਵਾਓ, ਇਹ ਕਲਿੱਪ ਤਾਂ ਹਵਾ ਦੇ ਵਿੱਚ ਹੀ ਰੁਕਿਆ ਹੋਇਆ ਹੈ। ਇਹਨਾਂ ਬੜਾ ਦਿਲਚਸਪ ਜਿਹਾ ਸਵਾਲ। ਹੁਣ ਪ੍ਰਸ਼ਨ ਉੱਠਦਾ ਹੈ, ਇਹ ਕਲਿੱਪ ਹਵਾ ਵਿੱਚ ਠਹਿਰਿਆ ਕਿਉਂ ਜਾਪਦਾ ਹੈ? ਪਿਆਰੇ ਬੱਚਿਓ, ਕਿਰਿਆ ਆਪਣੀ ਕੰਪਲੀਟ ਹੋ ਗਈ ਹੈ ਅਤੇ ਆਓ ਕੁਝ ਇਸ ਕਿਰਿਆ ਦੇ ਨਾਲ ਸੰਬੰਧਿਤ ਪ੍ਰਸ਼ਨਾਂ ਦੇ ਉੱਤਰ ਵੀ ਜਾਣ ਜਾਂਦੇ ਹਾਂ। ਜਿਸ ਪਦਾਰਥ ਵਿੱਚ ਲੋਹੇ ਨੂੰ ਆਕਰਸ਼ਿਤ ਕਰਨ ਦਾ ਗੁਣ ਹੋਵੇ ਉਸਨੂੰ ਕੀ ਆਖਦੇ ਹਨ? ਉਸ ਗੁਣ ਨੂੰ ਚੁੰਬਕੀ ਗੁਣ ਅਤੇ ਉਸ ਪਦਾਰਥ ਨੂੰ ਚੁੰਬਕ ਆਖਦੇ ਹਨ। ਕੀ ਪਲਾਸਟਿਕ ਜਾਂ ਕਾਗਜ਼ ਦੇ ਬਣੇ ਪਿਆਲੇ ਵਿੱਚ ਰੱਖਿਆ ਚੁੰਬਕ ਬਾਹਰ ਪਈਆਂ ਲੋਹੇ ਦੀਆਂ ਵਸਤੂਆਂ ਨੂੰ ਖਿੱਚ ਸਕਦਾ ਹੈ? ਬਿਲਕੁਲ ਸਹੀ ਜਵਾਬ ਦਿੱਤਾ ਪਿਆਰੇ ਬੱਚਿਓ। ਅਸੀਂ ਕਿਰਿਆ ਵਿੱਚ ਦੇਖਿਆ ਹੈ ਕਿ ਕਿਵੇਂ ਚੁੰਬਕ ਨੇ ਉਸ ਕਲਿੱਪ ਨੂੰ ਆਪਣੇ ਵੱਲ ਨੂੰ ਖਿੱਚਿਆ ਹੋਇਆ ਸੀ ਅਤੇ ਧਾਗਾ ਉਸ ਕਲਿੱਪ ਨੂੰ ਰੋਕੇ ਹੋਇਆ ਸੀ, ਮਤਲਬ ਉਸਨੂੰ ਨਹੀਂ ਚਿਪਕਣ ਦੇ ਰਿਹਾ ਸੀ। ਸੋ ਅਸੀਂ ਕਹਿ ਸਕਦੇ ਹਾਂ ਕਿ ਪਲਾਸਟਿਕ ਜਾਂ ਕਾਗਜ਼ ਦੇ ਬਣੇ ਪਿਆਲੇ ਵਿੱਚ ਰੱਖਿਆ ਚੁੰਬਕ ਬਾਹਰ ਪਈਆਂ ਲੋਹੇ ਦੀਆਂ ਵਸਤੂਆਂ ਨੂੰ ਆਪਣੇ ਵੱਲ ਨੂੰ ਖਿੱਚ ਸਕਦਾ ਹੈ। ਤੀਸਰਾ ਪ੍ਰਸ਼ਨ ਹੈ, ਕਲਿੱਪ ਨੂੰ ਕਿਹੜਾ ਬਲ ਖਿੱਚ ਰਿਹਾ ਸੀ? ਪਿਆਰੇ ਬੱਚਿਓ, ਕਲਿੱਪ ਨੂੰ ਗਲਾਸ ਦੇ ਵਿੱਚ ਪਿਆ ਚੁੰਬਕੀ ਬਲ ਆਪਣੇ ਬਲ ਨੂੰ ਖਿੱਚ ਰਿਹਾ ਸੀ ਅਤੇ ਇੱਕ ਹੋਰ ਬਲ ਵੀ ਉਸ ਉੱਪਰ ਲੱਗ ਰਿਹਾ ਸੀ। ਜਾਣਦੇ ਹੋ ਕਿਹੜਾ? ਧਰਤੀ ਦਾ ਗੁਰੂਤਾ ਆਕਰਸ਼ਣ ਬਲ। ਸੋ ਪਿਆਰੇ ਬੱਚਿਓ, ਇਸ ਪ੍ਰਸ਼ਨ ਦੇ ਉੱਤਰ ਦੇ ਨਾਲ ਹੀ ਅੱਜ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਫਿਰ ਮਿਲਾਂਗੇ ਇੱਕ ਹੋਰ ਨਵੇਂ
किरिया के नाल। उद तक लई तुहानू सारयां नू बहुत बहुत शुभकामनावां। धन्यवाद।